ਸਵਾਗਤ ਹੈ ਸਾਰਿਆਂ ਦਾ ਜੱਟਾਂ ਦੇ ਟਰੈਕਟਰ ਚੈਨਲ ਵਿੱਚ ਸਭ ਤੋਂ ਪਹਿਲਾਂ ਆਪਣਾ ਚੈਨਲ ਜੱਟਾਂ ਦੇ ਟਰੈਕਟਰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਟੱਚ ਕਰਦੇ ਹੋ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦਾ ਰਹੇ ਜੇਕਰ ਤੁਸੀਂ ਆਪਣੀ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਲਾਈਕ ਤੇ ਫੋਲੋ ਕਰ ਲਵੋ ਤਾਂ ਕਿ ਡੇਲੀ ਆਉਣ ਵਾਲੀਆਂ ਵੀਡੀਓ ਤੁਸੀਂ ਹਰ ਰੋਜ਼ ਦੇਖ ਸਕੋ ਹੁਣ ਗੱਲ ਕਰਦੇ ਹਾਂ ਜੀ ਵੀਡੀਓ ਦੀ ਸਭ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ ਅ ਹੇਠਾਂ ਸਕਰੀਨ ਤੇ ਸ਼ੋ ਹੋ ਰਿਹਾ ਹੈ ਜੇਕਰ ਤੁਸੀਂ ਕੋਈ ਵੀ ਮਸ਼ੀਨਰੀ ਸੇਲ ਕਰਨੀ ਹੁੰਦੀ ਹੈ ਜਿਵੇਂ ਟਰੈਕਟਰ, ਟਰਾਲੀ, ਕਾਰ, ਜੀਪ ਹਾਲ ਤਵੀਆਂ ਤਾਂ ਉਸ ਮਸ਼ੀਨਰੀ ਦੀਆਂ 4-5 ਫੋਟੋਆਂ ਨਾਲ ਹੀ ਉਸ ਦੀ ਲੋੜੀ ਦੀ ਜਾਣਕਾਰੀ ਜਿਵੇਂ ਉਸ ਦਾ ਰੇਟ, ਏਰੀਆ, ਮਾਡਲ ਤੇ ਟਾਇਰ ਕਿੰਨੇ ਪੈਸੇ ਹੁੰਦੇ ਐ ਇਹ ਸਾਰੀ ਡਿਟੇਲ ਸਾਨੂੰ ਸਾਡੇ ਇਸ ਨੰਬਰ ਤੇ ਭੇਜ ਕੇ ਆਪਣੀ ਐਡ ਸਾਡੇ YouTube ਚੈਨਲ ਤੇ ਕਰਵਾ ਸਕਦੇ ਹੋ ਬਿਲਕੁਲ ਫ੍ਰੀ ਦੇ ਵਿੱਚ ਐਡ ਕੀਤੀ ਜਾਂਦੀ ਐ ਕੋਈ ਕਮਿਸ਼ਨ ਨਹੀਂ ਆਪਣਾ ਡੇਲੀ ਦੀ ਤਰ੍ਹਾਂ ਅੱਜ ਆਪਣੇ ਕੋਲ ਸੇਲ ਵਿੱਚ ਛੇ ਚੀਜ਼ਾਂ ਨੇ ਜੋ ਪਾ ਤੁਹਾਡੇ ਲਈ ਲੈ ਕੇ ਆਏ ਆਂ ਮੈਸ਼ੀ 950 DI ਟਰੈਕਟਰ ਹੈ ਨਿਊ ਹਾਲੈਂਡ 3600 ਟਰੈਕਟਰ ਹੈ 16 ਫੁੱਟੀ ਟਰਾਲੀ ਹੈ 15 ਹਾਲਾ ਹੈ ਸਪਰੇਅ ਵਾਲਾ ਢੋਲ ਹੈ ਤੇ 8 ਫੁੱਟਾ ਸੁਪਰ ਸੀਡਰ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੀ ਟਾਈਫੇ 950 DI ਟਰੈਕਟਰ ਦੀ 2010 ਮਾਡਲ ਟਰੈਕਟਰ ਹੈ ਤੇ ਟਰੈਕਟਰ ਦਾ ਜੋ ਏਰੀਆ ਹੈ ਉਹ ਪਹੇਵਾ ਏਰੀਆ ਹੈ ਜੋ ਕਿ ਹਰਿਆਣਾ ਦੇ ਵਿੱਚ ਪੈ ਜਾਂਦਾ ਹੈ 60 ਹਸ ਪਾਵਰ ਕੈਟਾਗਰੀ ਦਾ ਟਰੈਕਟਰ ਹੈ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਪਿਛਲੇ ਟਾਇਰ 16 ਨੂੰ 28 ਵਾਲੇ ਲੱਗੇ ਹੋਏ ਆ ਤੇ ਅਗਲੇ ਟਾਇਰ 750 16 ਵਾਲੇ ਨੇ ਇੰਜਨ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਮਾਲਕ ਵੀਰਾਂ ਵੱਲੋਂ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਹੈ ਟਰੈਕਟਰ ਡਬਲ ਕਲਚ ਪਾਵਰ ਬ੍ਰੇਕ ਪਾਵਰ ਸਟੀering ਤੇ ਸੈਂਟਰ ਗੇਅਰ ਦੇ ਨਾਲ ਹੈ ਬਾਕੀ ਇੰਜਨ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਕੋਈ ਵੀ ਕਮੀ ਬੇਸ਼ੀ ਨਹੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਨੂੰ ਤੁਸੀਂ ਖਰੀਦ ਸਕਦੇ ਹੋ ਤੇ ਮਾਲਕਾਂ ਨੇ ਟਰੈਕਟਰ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਆ 275000 ਰੁਪਏ ਬਾਕੀ ਮੌਕੇ ਤੇ ਲੈਸ ਹੋ ਜੂਗਾ ਤੇ ਨੰਬਰ ਮਾਲਕਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਹ ਨੰਬਰ ਉਹਨਾਂ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਆਇਆ ਤੁਸੀਂ ਮਾਲਕਾਂ ਨਾਲ ਫੋਨ ਤੇ ਵਟਸਐਪ ਤੇ ਗੱਲਬਾਤ ਕਰਕੇ ਇਹ ਟਰੈਕਟਰ ਉਹਨਾਂ ਤੋਂ ਖਰੀਦ ਸਕਦੇ ਹੋ ਹੁਣ ਗੱਲ ਕਰਦੇ ਆਂ ਜੀ ਐਗਰੀ ਯੂਨ ਕੰਪਨੀ ਦੇ 8 ਫੁੱਟੇ ਸੁਪਰ ਸੀਡਰ ਦੀ ਸੁਪਰ ਸੀਡਰ ਦਾ ਜੋ ਏਰੀਆ ਹੈ ਉਹ ਤਰਨਤਾਰ ਨੇ ਏਰੀਆ ਹੈ ਜਿੱਥੇ ਸੁਪਰ ਸੀਡਰ ਪਿਕਾ ਹੋਇਆ ਹੈ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਸਾਫ ਸੁਥਰਾ ਵਧੀਆ オリジナル ਪੇਂਟ ਹੈਗਾ ਕਿਤੇ ਵੀ ਰੰਗ ਪੇਂਟ ਦੁਬਾਰਾ ਨਹੀਂ ਹੋਇਆ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਸੁਪਰ ਸੀਡਰ ਖੜਾ ਹੈ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਪੇਂਟ ਪਿਆ ਇੱਕ ਤੋਂ ਵੀ ਰੰਗ ਪੇਂਟ ਖਰਾਬ ਨਹੀਂ ਹੋਇਆ ਕਿਤੇ ਰੰਗ ਪੇਂਟ ਲਿਹਾ ਨਹੀਂ ਹੋਇਆ ਸਾਰੇ ਮਾਰਕ ਵਗੈਰਾ ਨਾਲ ਦੇ ਲੱਗੇ ਹੋਏ ਐ ਡਿਸਕਾਂ ਵਾਲਾ ਸੁਪਰ ਸੀਡਰ ਹੈਗਾ ਬਾਕੀ ਐਗ ਦੀਨ ਕੰਪਨੀ ਦਾ ਹੈ ਕੋਈ ਕਮੀ ਪੇਸ਼ੀ ਨਹੀਂ ਸੁੱਧ ਸੁਪਰ ਸੀਡਰ ਹੈ ਵਧੀਆ ਚੱਲਦਾ ਹੈ ਮਾਲਕਾਂ ਵੱਲੋਂ ਪੂਰੀ ਫੁੱਲ ਗਾਰੰਟੀ ਹੈ ਤੇ ਮਾਲਕਾਂ ਨੇ ਇਸ ਦੀ ਜੋ ਡਿਮਾਂਡ ਰੱਖੀ ਹੈ ਔਰ ਕਿ 165000 ਰੁਪਏ ਬਾਕੀ ਮੌਕੇ ਤੇ ਲੈਸ ਹੋ ਜੂਗਾ ਤੇ ਨੰਬਰ ਮਾਲਕਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਹ ਨੰਬਰ ਉਹਨਾਂ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਆ ਤੁਸੀਂ ਮਾਲਕਾਂ ਨਾਲ ਫੋਨ ਤੇ ਆ ਵਟਸਐਪ ਤੇ ਗੱਲਬਾਤ ਕਰਕੇ ਇਹ ਸੁਪਰਸੀਡਰ ਉਹਨਾਂ ਤੋਂ ਖਰੀਦ ਸਕਦੇ ਹੋ ਸੁਪਰਸੀਡਰ ਦਾ ਸਾਰਾ ਕੁਝ ਨਾਲ ਦਾ ਹੈ ਇਥੇ ਤੱਕ ਕਿ ਜੋ ਸੁਪਰਸੀਡਰ ਤੇ ਬਲੇਡ ਨੇ ਉਹ ਵੀ ਸੁਪਰਸੀਡਰ ਦੇ ਨਾਲ ਦੇ ਬਲੇਡ ਹੈ 80 90 ਪੈਸੇ ਸੁਪਰਸੀਡਰ ਤੇ ਬਲੇਡ ਪਏ ਆ ਹੈ ਹੁਣ ਗੱਲ ਕਰਦੇ ਆ ਸਪਰੇਅ ਕਰਨ ਵਾਲੇ ਟੈਂਕ ਦੀ ਇਸ ਦਾ ਜੋ ਏਰੀਆ ਹੈ ਉਹ ਸੁਨਾਮ ਏਰੀਆ ਹੈ ਜਿੱਥੇ ਸਪਰੇਅ ਟੈਂਕ ਵਿਕਾਊ ਹੈ 500 ਲੀਟਰ ਦਾ ਟੈਂਕ ਲੱਗਿਆ ਹੋਇਆ ਹੈਗਾ ਸਾਢੇ 3 ਕਿੱਲਿਆਂ ਦੀ ਲੰਬੀ ਪੈ ਪੈ ਬਾਕੀ ਵਿਕਟਰ ਦਾ ਪੰਪ ਲੱਗਿਆ ਹੋਇਆ ਹੈ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਸਪਰੇਅ ਟੈਂਕ ਖੜਾ ਹੈਗਾ ਕੋਈ ਕਮੀ ਪੇਸ਼ੀ ਨਹੀਂ ਬਾਕੀ ਮਾਲਕਾਂ ਨੇ ਇਸ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 43000 ਰੁਪਏ ਬਾਕੀ ਮੌਕੇ ਤੇ ਲੈਸ ਹੋ ਜੂਗਾ ਤੇ ਨੰਬਰ ਮਾਲਕਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਹ ਨੰਬਰ ਉਹਨਾਂ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਆਇਆ ਤੁਸੀਂ ਮਾਲਕਾਂ ਨਾਲ ਫੋਨ ਤੇ WhatsApp ਤੇ ਗੱਲਬਾਤ ਕਰਕੇ ਇਹ ਸਪਰੇਅ ਟੈਂਕ ਉਹਨਾਂ ਤੋਂ ਖਰੀਦ ਸਕਦੇ ਆ ਹੁਣ ਗੱਲ ਕਰਦੇ ਆ ਜੀ 16x7 ਫੁੱਟੀ ਡਬਲ ਟੈਰੀ ਟਰਾਲੀ ਦੀ 2024 ਮਾਡਲ ਬਿਲਕੁਲ ਨਵੀਂ ਟਰਾਲੀ ਹੈ ਤੇ ਟਰਾਲੀ ਦਾ ਜੋ ਏਰੀਆ ਹੈ ਉਹ ਸੰਗਰੂਰ ਏਰੀਆ ਹੈ ਜਿੱਥੇ ਟਰਾਲੀ ਵੀ ਕਾ ਹੂਆ ਹੈ ਬਾਕੀ ਕੰਡੀਸ਼ਨ ਟਰਾਲੀ ਦੀ ਤੁਸੀਂ ਦੇਖ ਸਕਦੇ ਹੋ ਫੋਟੋਆਂ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਬਹੁਤ ਵਧੀਆ ਤਰੀਕੇ ਨਾਲ ਟਰਾਲੀ ਨੂੰ ਤਿਆਰ ਕੀਤਾ ਗਿਆ ਹੈ ਟਰਾਲੀ ਡੀ ਲਕਸ ਮਾਡਲ ਹੈ 2 ਫੁੱਟੀ ਟਰਾਲੀ ਦੀ ਬਾਡੀ ਹੈ 2.5 ਫੁੱਟਾ ਵਿਡ ਲੱਗਿਆ ਹੋਇਆ ਹੈ ਜਾਲੀ ਵਾਲਾ ਵਿਡ ਹੈ ਢੰਬੇ ਵਾਲੀ ਜਾਲੀ ਲੱਗੀ ਹੋਈ ਹੈ ਤੇ ਟਰਾਲੀ ਦੇ ਟਾਇਰਾਂ ਦੇ ਦੋਵੇਂ ਸਾਈਡਾਂ ਤੇ ਬੀਲ ਕੱਪ ਲੱਗੇ ਹੋਏ ਹੈ ਬਾਕੀ ਬਹੁਤ ਸੋਹਣੇ ਤਰੀਕੇ ਨਾਲ ਟਰਾਲੀ ਨੂੰ ਤਿਆਰ ਕੀਤਾ ਗਿਆ ਹੈ ਬਿੱਡੂ ਬ੍ਰਿਕਫੁੱਟ ਤੇ ਪੈਪ ਲੱਗੀ ਹੋਈ ਆ ਤਰਪਾਲ ਪਾਉਣ ਦੇ ਲਈ ਬਾਕੀ ਅੰਦਰੋਂ ਤੁਸੀਂ ਫਰਸ਼ ਦੇਖ ਸਕਦੇ ਹੋ ਬਾਕੀ ਬਿਲਕੁਲ ਨਵੀਂ ਟਰਾਲੀ ਹੈਗੀ ਕੋਈ ਕਮੀ ਬਿਸ਼ਨੀ ਟਰਾਲੀ ਦੇ ਵਿੱਚ ਬਿਨਾ ਜੈਕ ਤੋਂ ਟਰਾਲੀ ਹੈਗੀ ਤੇ ਮਾਲਕਾਂ ਨੇ ਇਸ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 295000 ਰੁਪਏ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਤੇ ਨੰਬਰ ਮਾਲਕਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਹ ਨੰਬਰ ਉਹਨਾਂ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਆਇਆ ਤੁਸੀਂ ਮਾਲਕਾਂ ਨਾਲ ਫੋਨ ਤੇ ਵਟਸਐਪ ਤੇ ਗੱਲਬਾਤ ਕਰਕੇ ਏ ਟਰਾਲੀ ਹੋਣਾ ਤਾਂ ਖਰੀਦ ਸਕਦੇ ਆ ਹੁਣ ਗੱਲ ਕਰਦੇ ਆ ਜੀ 15 ਹਲਾਂ ਦੀ ਜਿਨ੍ਹਾਂ ਨੂੰ ਆਪਾਂ ਕਲਟੀਵੇਟਰ ਵੀ ਬੋਲ ਦਿੰਨੇ ਆ ਹਲਾਂ ਦਾ ਜੋ ਏਰੀਆ ਹੈ ਉਹ ਸ਼੍ਰੀ ਮੁਕਤਸਰ ਸਾਹਿਬ ਏਰੀਆ ਹੈ ਜਿੱਥੇ ਹਲ ਵਿਕਾਉ ਨੇ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਐਡਜਸਟੇਬਲ ਹਲ ਨੇਗੇ ਉੱਪਰਲੀ ਸਾਈਡ ਨੂੰ ਫੋਲਡ ਹੋ ਜਾਂਦੇ ਆ ਬਾਕੀ ਬਹੁਤ ਜ਼ਿਆਦਾ ਹੈਵੀ ਕੁਆਲਿਟੀ ਦੇ ਹਲ ਬਣੇ ਹੋਏ ਆ ਕੋਈ ਕਮੀ ਪੇਸ਼ੀ ਨਹੀਂ ਸਾਫ ਸੁਥਰੇ ਸ਼ੁੱਧ ਹਲ ਨੇਗੇ ਵਧੀਆ ਚੱਲਦੇ ਆ ਕੋਈ ਵੀ ਹਲ 빙ਗਾ ਨਹੀਂ ਹੋਇਆ ਮਾਲਕ ਵੀਰਾਂ ਵੱਲੋਂ ਪੂਰੀ ਫੁੱਲ ਗਾਰੰਟੀ ਹੈ ਚੈੱਕ ਕਰਕੇ ਹਲਾਂ ਨੂੰ ਤੁਸੀਂ ਖਰੀਦ ਸਕਦੇ ਹੋ ਬਹੁਤ ਜ਼ਿਆਦਾ ਹੈਵੀ ਕੁਆਲਿਟੀ ਦੇ ਹਲ ਬਣੇ ਹੋਏ ਆ ਮਾਲਕਾਂ ਨੇ ਇਹਨਾਂ ਦੀ ਜੋ ਡਿਮਾਂਡ ਰੱਖੀ ਆ ਉਹ ਰੱਖੀ ਆ 33000 ਰੁਪਏ ਬਾਕੀ ਮੌਕੇ ਤੇ ਲੈਸ ਹੋ ਜੂਗਾ ਤੇ ਨੰਬਰ ਮਾਲਕਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਹ ਨੰਬਰ ਉਹਨਾਂ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਆ ਤੁਸੀਂ ਮਾਲਕਾਂ ਨਾਲ ਫੋਨ ਤੇ ਵਟਸਐਪ ਤੇ ਗੱਲਬਾਤ ਕਰਕੇ ਇਹ ਹਲ ਉਹਨਾਂ ਤੋਂ ਖਰੀਦ ਸਕਦੇ ਹੋ ਹੁਣ ਗੱਲ ਕਰਦੇ ਆ ਨਿਊ ਹੋਲੈਂਡ 3602 ਟਰੈਕਟਰ ਦੀ 2008 ਮਾਡਲ ਹੈ ਤੇ ਟਰੈਕਟਰ ਦਾ ਜੋ ਏਰੀਆ ਹੈ ਉਹ ਲੁਧਿਆਣਾ ਏਰੀਆ ਹੈ ਜਿੱਥੇ ਟਰੈਕਟਰ ਵਿਕਾਊ ਹੈ ਬਾਕੀ ਕੰਡੀਸ਼ਨ ਟਰੈਕਟਰ ਦੀ ਤੁਸੀਂ ਦੇਖ ਸਕਦੇ ਹੋ ਫੋਟੋਆਂ ਸਕਰੀਨ ਤੇ ਸ਼ੋ ਹੋ ਰਹੀਆਂ ਨੇ 올 ओरिजिनल ਟਰੈਕਟਰ ਹੈ ਬਾਡੀ ਚ ਅਸੀਂ ਲਿੰਕਾਂ ਦਾ ਪੇਂਟ ਸਾਰਾ ਨਾਲ ਦਾ ਹੈ ਸਾਫ਼ ਸੁਥਰਾ ਇਕਦਮ ਵਧੀਆ ਕੰਡੀਸ਼ਨ ਦੇ ਵਿੱਚ ਪੇਂਟ ਪਿਆ ਹੈ ਕੋਈ ਕਮੀ ਪੇਸ਼ੀ ਨਹੀਂ ਟਰੈਕਟਰ ਦੇ ਜੋ ਟਾਇਰ ਨੇ ਬਿਲਕੁਲ ਨਵੇਂ ਟਾਇਰ ਲੱਗੇ ਹੋਏ ਐ ਰੀਡੀਅਲ ਦੇ ਟਾਇਰ ਨੇਗੇ ਅਗਲੇ ਟਾਇਰ ਵੀ ਵੱਡੇ ਲੱਗੇ ਹੋਏ ਹੈਗੇ ਟਰੈਕਟਰ ਵਿਦਆਊਟ ਮਿਊਜ਼ਿਕ ਸਿਸਟਮ ਤੋਂ ਹੈ ਫਾਈਬਰ ਹੌਟ ਦਾ ਨੂੰ ਨਾਲ ਦਿੱਤਾ ਜਾਊਗਾ ਬਾਕੀ ਕੋਈ ਕਮੀ ਪੇਸ਼ ਨਹੀਂ ਟਰੈਕਟਰ ਦੇ ਵਿੱਚ ਇੰਜਨ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਮਾਲਕਾਂ ਵੱਲੋਂ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਹੈ ਵਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਨੂੰ ਤੁਸੀਂ ਖਰੀਦ ਸਕਦੇ ਹੋ ਮਾਲਕਾਂ ਨੇ ਇਸ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 3,50,000 ਰੁਪਏ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਤੇ ਨੰਬਰ ਮਾਲਕਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਹ ਨੰਬਰ ਉਹਨਾਂ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਆਇਆ ਹੈ ਤੁਸੀਂ ਮਾਲਕਾਂ ਨਾਲ ਫੋਨ ਤੇ WhatsApp ਤੇ ਗੱਲਬਾਤ ਕਰਕੇ ਇਹ ਟਰੈਕਟਰ ਉਹਨਾਂ ਤੋਂ ਖਰੀਦ ਸਕਦੇ ਹੋ ਜਿੰਨੇ ਵੀ ਵੀਰ ਆਪਣੀ ਵੀਡੀਓ ਨੂੰ ਦੇਖਦੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਇੱਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਤੇ ਕਿ ਜੇ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟ ਕਰਕੇ ਉਹ ਜਰੂਰ ਦੱਸਦਿਆ ਕਰੋ ਤਾਂ ਕਿ ਆਪਾਂ ਅਗਲੀ ਵੀਡੀਓ ਦੇ ਵਿੱਚ ਸੁਧਾਰ ਕਰ ਸਕੀਏ ਤੇ ਤੁਹਾਡੇ ਲਈ ਇੱਕ ਵਧੀਆ ਵੀਡੀਓ ਲੈ ਕੇ ਆ ਸਕੀਏ ਜਿੰਨਾ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਆਪਾਂ ਡੇਲੀ ਛੇ ਮਸ਼ੀਨਰੀਆਂ ਦੀ ਇੱਕ ਵੀਡੀਓ ਲੈ ਕੇ ਆਉਨੇ ਆ ਜਿਸ ਨੂੰ ਤੁਸੀਂ ਯਾਰ ਰੋਇ ਦੇਖ ਸਕੋ ਤੇ ਮਿਸ ਨਾ ਕਰ ਸਕੋ ਤੇ ਤੁਹਾਨੂੰ ਕੋਈ ਵੀ ਮਸ਼ੀਨਰੀ ਖਰੀਦਣ ਜਾਂ ਵੇਚਣ ਵਿੱਚ ਆਸਾਨੀ ਮਿਲ ਸਕੇ ਇਸੇ ਤਰ੍ਹਾਂ ਜਿਹੜੇ ਰੋ ਆਪਣੇ ਚੈਨਲ ਜਟਾ ਟਰੈਕਟਰ ਦੇ ਨਾਲ ਕੱਲ ਨੂੰ ਮਿਲਦੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ